ਇੱਕ ਵਿਅਹਤਾ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਸੋਹਰਾ ਪਰਿਵਾਰ ਖਿਲਾਫ ਕਾਰਵਾਈ ਨੂੰ ਲੈ ਕੇ ਬਠਿੰਡਾ ਜੀਟੀ ਰੋਡ ਉੱਤੇ ਧਰਨਾ ਲਗਾਇਆ। ਇਸ ਕਾਰਨ ਪੂਰਾ ਜੀਟੀ ਰੋਡ ਬੰਦ ਰਿਹਾ। ਮੇਰੀ ਜਾਣਕਾਰੀ ਮੁਤਾਬਿਕ ਪਿੰਡ ਕੋਟ ਸ਼ਮੀਰ ਦੀ ਰਹਿਣ ਵਾਲੀ ਖੁਸ਼ਦੀਪ ਕੌਰ ਦਾ ਕਰੀਬ 11 ਸਾਲ ਪਹਿਲਾਂ ਪਿੰਡ ਜੰਡਵਾਲਾ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਮੁਤਾਬਿਕ ਉਹਨਾਂ ਦੀ ਲੜਕੀ ਨੂੰ ਵਿਆਹ ਤੋਂ ਬਾਅਦ ਹੀ ਅਕਸਰ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਸਮੇਂ ਸਮੇਂ ਤੇ ਸੋਹਰਾ ਪਰਿਵਾਰ ਦੀ ਮੰਗ ਵੀ ਪੂਰੀ ਕੀਤੀ ਗਈ, ਜਿਸ ਕਾਰਨ ਉਹਨਾਂ ਦਾ ਲਾਲਚ ਵਧਦਾ ਗਿਆ। ਇਸ ਦੇ ਚੱਲਦੇ ਉਹਨਾਂ ਨੇ 31 ਮਈ ਨੂੰ ਖੁਸ਼ਦੀਪ ਕੌਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਜ਼ਖਮੀ ਖੁਸ਼ਦੀਪ ਦਾ ਇਲਾਜ ਵੀ ਨਹੀਂ ਕਰਾਇਆ ਗਿਆ, ਇਸ ਕਾਰਨ ਉਸਦੇ ਵੀਰਵਾਰ ਨੂੰ ਮੌਤ ਹੋ ਗਈ। ਇਸ ਗੱਲ ਤੋਂ ਨਾਰਾਜ਼ ਹੋ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਗੁੱਸੇ ਵਿੱਚ ਆ ਕੇ ਸਰਕਾਰੀ ਹਸਪਤਾਲ ਦੇ ਬਾਹਰ ਜੀਟੀ ਰੋਡ ਉੱਤੇ ਜਾਮ ਲਗਾ ਦਿੱਤਾ ਅਤੇ ਧਰਨੇ ਉੱਤੇ ਬੈਠ ਗਏ। ਧਰਨੇ ਵਿੱਚ ਪਿੰਡ ਕੋਟ ਸ਼ਮੀਰ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਰਹੇ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਜਦੋਂ ਤੱਕ ਸੋਹਰਾ ਪਰਿਵਾਰ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਨਾ ਤਾਂ ਉਹ ਧਰਨਾ ਸਮਾਪਤ ਕਰਨਗੇ ਅਤੇ ਨਾ ਹੀ ਉਹ ਮ੍ਰਿਤਕਾਂ ਦਾ ਸੰਸਕਾਰ ਕਰਨਗੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਸੋਹਰਾ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਤੇ ਮਾਸੀ ਨੇ ਤੇਲ ਪਾਤਾ ਦੇ ਮਾਸੀ ਨੇ ਅੱਗ ਲਾਤੀ ਤੇ ਮੁੜ ਕੇ ਇੱਥੋਂ ਰੈਫਰ ਕਰਤਾ ਚੰਡੀਗੜ੍ਹ ਨੂੰ ਜੀ। ਮੁੜ ਕੇ ਉਹ ਜਾਂਦੇ ਜਾਂਦੇ ਵੀਰ ਜੀ ਬਦਲ ਗਏ, ਅਸੀਂ ਕਿਤੇ ਲੁਧਿਆਣੇ ਜਾਣਾ ਕਿਤੇ ਪਟਿਆਲੇ ਜਾਣਾ ਜੀ। ਐਂ ਕਰਦੇ ਕਰਦੇ ਮੁੜ ਕੇ DMC 'ਚ ਲੈ ਗਏ ਜੀ। ਉਹਨਾਂ ਦੀ ਪਰਸ ਮੌਤ ਹੋ ਗਈ। ਕਾਰਨ ਕੀ ਰਿਹਾ ਜੀ, ਕਿਉਂ ਮਾਰਿਆ ਉਹਨਾਂ ਨੂੰ? ਕਿਉਂ ਕਾਰਨ ਜੀ, ਦਾਜ ਨਹੀਂ ਪਿੱਛੇ ਕਰਦੇ, ਧੱਕਾ ਕਰਦੇ ਸੀਗੇ ਜੀ, ਦਾਜ ਮੰਗਦੇ ਸੀਗੇ। ਪਹਿਲਾਂ 22 ਦਾ ਐਕਸੀਡੈਂਟ ਹੋ ਗਿਆ ਜੀ, ਅਸੀਂ ਉਦੋਂ ਪਰ 20 ਲੱਖ ਰੁਪਇਆ ਲਾਇਆ ਜੀ। ਹੋਰ ਕਹਿੰਦੇ ਵੀ ਲੈ ਕੇ ਆਓ। ਚਾਰ ਦੋਸ਼ੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ। ਕੇਸ ਰਜਿਸਟਰ ਕੀਤਾ ਸੀ, ਕੱਲ੍ਹ ਦੀ ਡੈਥ ਰਿਕਾਰਡ ਕਰਦੇ ਦੋਸ਼ੀ ਗ੍ਰਿਫਤਾਰ ਕਰੋ।